ਗੱਲੂ ਘਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਉਸ ਮਾਲਕ ਦੀ ਅਪਾਰ ਬਖਸ਼ਿਸ਼ ਹੋਈ ਆ ਜਿਨ੍ਹਾਂ ਸਾਜ਼ਿਸ਼ ਕਰਦੇ ਸੀ ਉਹਦਾ ਜਵਾਬ ਆਨਰੇਬਲ ਕੋਰਟ ਨੇ ਤੇ ਲੋਕਾਂ ਨੇ ਦੇ ਦਿੱਤਾ। ਚਰਨਾ ਚ ਨਤਮਸਤਕ ਹੋ ਕੇ ਔਰ ਆਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਸੱਚਾਈ ਦੀ ਮੈਂ ਸਮਝਦਾ ਜਿੱਤ ਹੋਈ ਆ, ਦੇਰ ਆ ਦੇਰ ਨਹੀਂ ਆ। ਗੱਲੂ ਘਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਉਸ ਮਾਲਕ ਦੀ ਅਪਾਰ ਬਖਸ਼ਿਸ਼ ਹੋਈ ਆ ਜਿਨ੍ਹਾਂ ਸਾਜ਼ਿਸ਼ ਕਰਦੇ ਸੀ ਉਹਦਾ ਜਵਾਬ ਆਨਰੇਬਲ ਕੋਰਟ ਨੇ ਤੇ ਲੋਕਾਂ ਨੇ ਦੇ ਦਿੱਤਾ। ਵਿਰੋਧੀਆਂ ਦਾ ਵੀ ਧੰਨਵਾਦ ਹੈ ਭਾਈ, ਇਹ ਤਾਂ ਬਹੁਤ ਛੋਟਾ ਜਿਹਾ ਤਸ਼ੱਦਦ ਹੈ। ਸਾਡੇ ਵੱਡ ਵਡੇਰਿਆਂ ਨੇ, ਗੁਰੂ ਸਾਹਿਬਾਨਾਂ ਨੇ ਜ਼ੁਲਮ ਦਾ ਟਾਕਰਾ ਕਿਵੇਂ ਕਰਨਾ ਉਹ ਗੁਰੂ ਸਾਹਿਬ ਸਾਨੂੰ ਰਸਤਾ ਦਿਖਾ ਗਏ। ਮੱਥਾ ਨੀਚੇ ਕਰੋ ਜੀ। ਔਰ ਇਹ ਸਰਕਾਰਾਂ ਇਹ ਜੇ ਜ਼ੁਲਮ ਕਰਦੀਆਂ ਹੁੰਦੀਆਂ ਨੇ ਤੇ ਜਿਹਨੇ ਜ਼ੁਲਮ ਕੀਤਾ ਸੀ ਉਹ ਮੁੱਖ ਮੰਤਰੀ ਤਾਂ ਲੱਭਦਾ ਨੀ ਕਿਤੇ ਸਾਬਕਾ, ਨਾ ਤਿੰਨਾਂ 'ਚ, ਨਾ ਤੇਰਾਂ 'ਚ, ਨਾ ਪਨੇਰਾਂ 'ਚ, ਨਾ ਸਵੇਰਾਂ 'ਚ, ਆਉਂਦਾ ਕਿਉਂ ਨੀ ਅਮਰੀਕਾ ਤੋਂ? ਔਰ ਜਿਹਨੇ ਦੂਜੇ ਨੇ ਕੀਤਾ ਸੀ ਉਹ ਮੇਰੇ ਗਵਾਂਢ 'ਚ ਕੰਧਾਂ ਵੱਜਦਾ ਫਿਰਦਾ, ਮੈਂ ਉਹਦੀ ਵੀ ਸੁੱਖ ਮੰਗਦਾ ਹਾਂ, ਨਹੀਂ ਕਿ ਮੈਂ ਉਹਦੀ ਵੀ ਸੁੱਖ ਮੰਗਦਾ ਉਹਦੇ ਭਰਾ ਦੀ। ਦੇਖੋ ਅੱਜ ਹੁਣੇ ਜਿਹੜੇ ਵਿਕਰਮ ਮਜੀਠੀਆ ਹੈ ਉਹਨਾਂ ਦੀ ਬੇਲ ਹੋਈ ਆ, ਬੜੀ ਮੰਦਭਾਗੀ ਗੱਲ ਆ ਇਹ। ਕਾਂਗਰਸ ਸਰਕਾਰ ਜਦੋਂ ਸੀ ਤੇ ਪੰਜਾਬ ਪੁਲਿਸ ਨੇ ਬੜੀ ਮਿਹਨਤ ਕਰਕੇ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਕੇ ਜੋ ਸਾਰਾ ਪੰਜਾਬ ਚਿੱਟੇ ਤੇ ਲਾਇਆ ਸੀ ਉਹਦੇ ਖਿਲਾਫ ਇਹਨਾਂ ਨੂੰ ਜੇਲ੍ਹ ਚ ਭੇਜਿਆ ਸੀ ਅਸਲੀ ਤੌਰ ਤੇ। ਪਰ ਅੱਜ 5 ਮਹੀਨੇ ਤੋਂ ਹਾਈ ਕੋਰਟ ਲਗਾਤਾਰ ਕੇਜਰੀਵਾਲ ਸਾਹਿਬ ਸਰਕਾਰ ਤੋਂ ਸਬੂਤ ਮੰਗ ਥੱਕ ਗਿਆ। ਜਿਵੇਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਗੋਡੇ ਟੇਕ ਕੇ ਸੀ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਸੀ, ਉਸੇ ਤਰੀਕੇ ਨਾਲ ਅੱਜ ਸਭ ਤੋਂ ਵੱਡਾ ਚਿੱਟੇ ਦੇ ਜਿਨ੍ਹਾਂ ਤੇ ਦੋਸ਼ ਨੇ ਅੱਜ ਕੋਰਟ ਨੇ ਲਿਖ ਕੇ ਦਿੱਤਾ ਵੀ ਸਾਨੂੰ ਕੇਜਰੀਵਾਲ ਸਰਕਾਰ ਨੇ ਇੱਕ ਵੀ ਸਬੂਤ ਸਾਨੂੰ ਨਹੀਂ ਦਿੱਤਾ ਤੇ ਅੱਜ ਮਜੀਠੀਆ ਸਾਹਿਬ ਦੀ ਜਿਹੜੀ ਉਹ ਬੇਲ ਹੋ ਗਈ। ਇਹ ਲੋਕੋ ਤੁਸੀਂ ਆਪ ਦੇਖ ਲਓ ਬਈ ਇਹ ਕਿੱਡਾ ਵੱਡਾ ਪੰਜਾਬ ਦੇ ਨਾਲ ਕਸਮਾਂ ਖਾ ਕੇ ਵਾਅਦੇ ਗਰੰਟੀਆਂ ਕਰਕੇ ਅੱਜ ਮਜੀਠੀਆ ਜੀ ਦੀ ਬੇਲ ਕਰਾ ਕੇ ਧੋਖਾ ਦਿੱਤਾ, ਇਹਦਾ ਫੈਸਲਾ ਤੁਸੀਂ ਕਰਨਾ ਹੈ। ਧੰਨਵਾਦ।